सतगुरु जी सतनाम श्री वाहेगुरु मैं मूर्ख की केतक बात है कोट परादी तरियारे गुरु नानक जिन सुनिया पिखिया से फिर गर्भासना भरिया जो हमरी बिद होती मेरे सतगुरा साबिद तुम हर जान हो आपे हम रुलते फिरते कोई बात ना पूछता गुर सतगुर संग कीरे हम थापे तेरा किता जा तो नहीं मैनो जोग की तोई मैं निर्गुण आरे को गुण नहीं आपे तरस प्योई आयो शरण तुहारी सतगुर आयो शरण तुहारी 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 आयो शरण तुहारी सतगुर सतगुर आयो शरण तुहारी आयो शरण तुहारी सतगुर आयो शरण तुहारी आयो शरण तुहारी आयो शरण तुहारी सतगुर आयो शरण तुहारी आयो शरण तुहारी सतगुर शरण तुम्हारी आयो शरण तुम्हारी सतगुरु आयो शरण तुम्हारी मिले सुख नाम हर सुख है मिले सुख नाम हर सुख है मिले सुख नाम हर सुख मिले सुख नाम हर सुख मिले सुख नाम हर सुख मिले सुख चिंता लाहे हमारी सतगुर आयो शरण तुहारी आयो शरण तुहारी सतगुर आयो शरण तुहारी आयो शरण तुहारी सतगुर आयो शरण तुहारी आयो शरण तुहारी आयो शरण सतगुर आयो शरण तुहारी मिले सुख नाम हर सुख चिंत
ताला है हमारी अवर न सुजे दूजी ठहर हार परयो तो द्वारी लिखा छोड़ अलिख है छूट है हम निर्गुण लेहो ओवारी सदबख्शिंद सदा मेहरवाना सबना दे अधारी नानक दास संत बाछे परयो राख ले हो एह बारी वाहिगुरु 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 बेनती है सारे जपो दो मिनट अखा बंद करके चौंकड़े ला के सारे कृपा करो जी वाहिगुरु 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 Vai, Guru, 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 V
जो ओ वे साहिब जो मेरे
साहेब क्यों मे ਸਤਿਕਾਰਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰੂ ਸਵਾਰੀ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ ਸਾਰੇ ਰਸਨਾ ਪਵਿੱਤਰ ਕਰੋ ਸਤਿਗੁਰ ਜੀ ਦੀ ਬਖਸ਼ਿਸ਼ ਦੁਹਰਾਓ ਪਿਆਰ ਨਾਲ ਫਤਿਹ ਬੁਲਾਓ ਕੋਈ ਰਸਨਾ ਵਾਂਝੀ ਨਾ ਰਵੇ ਬੁਲੰਦ ਆਵਾਜ਼ ਵਿੱਚ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਟੀਵੀ ਨੂੰ ਸ਼ੁਰੂ ਹੋਏ ਨੂੰ ਇੱਕ ਸਾਲ ਹੋ ਗਿਆ ਇਸੇ ਸੰਬੰਧ ਵਿੱਚ ਇਸੇ ਖੁਸ਼ੀ ਨੂੰ ਮੁੱਖ ਰੱਖਦਿਆਂ ਜੋ ਸਾਰਾ ਟਰੱਸਟ ਬਣਿਆ ਹੈ ਉਹਨਾਂ ਗੁਰਮੁਖਾਂ ਨੇ ਰਲ ਮਿਲ ਕੇ ਪਰਸੋਂ ਰੋਜ਼ ਤੋਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਵਾਏ ਅੱਜ ਜੋ ਪ੍ਰੋਗਰਾਮ ਰੱਖਿਆ ਗਿਆ ਹੈ ਜਿਹਦੇ ਵਿੱਚ ਬੇਅੰਤ ਸੰਗਤਾਂ ਜਥੇਬੰਦੀਆਂ ਦੇ ਨੁਮਾਇੰਦੇ ਗੁਰਦੁਆਰਾ ਸਾਹਿਬਾਂ ਦੀਆਂ ਪ੍ਰਬੰਧਕ ਕਮੇਟੀਆਂ ਦੂਰੋਂ ਨੇੜਿਓਂ ਚੱਲ ਕੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਸ਼ਮੂਲੀਅਤ ਕਰਨ ਲਈ ਨਤਮਸਤਕ ਹੋਣ ਲਈ ਹਾਜ਼ਰੀ ਭਰਨ ਲਈ ਪੁੱਜੇ ਹਾਂ ਥੋੜ੍ਹੇ ਜਿਹੇ ਮਿੰਟ ਮੈਂ ਆਪ ਜੀ ਦੇ ਦਰਸ਼ਨ ਕਰਨੇ ਨੇ ਕਿਉਂਕਿ ਬਹੁਤ ਸਾਰੇ ਬੁਲਾਰੇ ਰੰਗੇ ਹੋਏ ਗੁਰਮੁਖ ਸੰਘਰਸ਼ ਵਿੱਚ ਜਿਨ੍ਹਾਂ ਨੇ ਆਪਣਾ ਬੜਾ ਵੱਡਾ ਯੋਗਦਾਨ ਪਾਇਆ ਹੁਣ ਤੱਕ ਯਤਨਸ਼ੀਲ ਹਨ ਵਿਦੇਸ਼ਾਂ ਵਿੱਚ ਰਹਿ ਕੇ ਭਾਵੇਂ ਇੰਡੀਆ ਜਾਣ 'ਤੇ ਪਾਬੰਦੀਆਂ ਹਨ ਫਿਰ ਵੀ ਗਾਹੇ ਬਗਾਹੇ ਹਰ ਸਮੇਂ ਹੀ ਉਹ ਤਿਆਰ ਰਹਿੰਦੇ ਨੇ ਪੰਥ ਦੀ ਬਿਹਤਰੀ ਵਾਸਤੇ ਚੜ੍ਹਦੀ ਕਲਾ ਵਾਸਤੇ ਸੋਚਦੇ ਨੇ ਕੁਛ ਗੁਰਮੁਖ ਉਹ ਵੀ ਸੰਗਤ ਵਿੱਚ ਸੁਭਾਏਮਾਨ ਹਨ ਉਹਨਾਂ ਨੇ ਆਪ ਜੀ ਦੇ ਰੂਬਰੂ ਹੋਣਾ ਹੈ ਔਰ ਹੋਰ ਵੀ ਜਥੇਦਾਰ ਸਾਹਿਬ ਵੀ ਜਿਵੇਂ ਦੱਸਿਆ ਹੈ ਭਾਈ ਸਾਹਿਬ ਜੀ ਰਣਜੀਤ ਸਿੰਘ ਹੋਣਾ ਨੇ ਉਹ ਵੀ ਪਹੁੰਚੇ ਨੇ ਉਹਨਾਂ ਨੇ ਵੀ ਬਾਅਦ ਵਿੱਚ ਆਪ ਜੀ ਦੇ ਦਰਸ਼ਨ ਕਰਨੇ ਨੇ ਸੋ ਇਸ ਕਰਕੇ ਉਹਨਾਂ ਤੋਂ ਆਪਾਂ ਉਹਨਾਂ ਦੇ ਵਡਮੁੱਲੇ ਵਿਚਾਰ ਵੀ ਸਰਵਣ ਕਰਨੇ ਨੇ ਸੋ ਖਾਸ ਗੱਲ ਹੈ ਕਿ ਅੱਜ ਬੜੀ ਲੋੜ ਹੈ ਮੀਡੀਏ ਦੀ ਤੁਸੀਂ ਵੇਖਦੇ ਹੋ ਹਰ ਤਰੀਕੇ ਨਾਲ ਸਭ ਯਤਨ ਕਰਦੇ ਨੇ ਪ੍ਰਚਾਰ ਹੋ ਰਿਹਾ ਹੈ ਭਾਵੇਂ ਇੱਥੇ ਹੀ ਨਹੀਂ ਈਸਾਈਅਤ ਦਾ ਪ੍ਰਚਾਰ ਇੰਡੀਆ 'ਚ ਵੇਖਦੇ ਹਾਂ ਬੱਚਿਆਂ ਨੂੰ ਫ੍ਰੀ ਸਕੂਲ ਵੀ ਬਣਾਏ ਨੇ ਕਈ ਥਾਵਾਂ 'ਤੇ ਘਰ ਵੀ ਬਣਾ ਬਣਾ ਕੇ ਦਿੰਦੇ ਨੇ ਪਰ ਤੁਸੀਂ ਆਪਣਾ ਧਰਮ ਚੇਂਜ ਕਰ ਲਓ ਬਦਲ ਲਓ ਬੜਾ ਕੁਝ ਹੁੰਦਾ ਹੈ ਸੋ ਅੱਜ ਦੇ ਸਮੇਂ ਵਿੱਚ ਅਜੋਕੇ ਸਮੇਂ 'ਚ ਮੀਡੀਏ ਦਾ ਬੜਾ ਜ਼ੋਰ ਹੈ ਔਰ ਚਾਹੀਦਾ ਹੈ ਅੱਜ ਕੱਲ੍ਹ ਇਸ ਤਰੀਕੇ ਨਾਲ ਟੀਵੀ ਨੂੰ ਅਤੇ ਟੀਵੀ ਦੀ ਬਿਮਾਰੀ ਮਹਾਂਪੁਰਸ਼ਾਂ ਨੇ ਆਖਣਾ ਕਹਿੰਦੇ ਤਾਂ ਟੀਵੀ ਦੀ ਬਿਮਾਰੀ ਪੈ ਗਈ ਹੈ ਤੁਸੀਂ ਵੇਖੋਗੇ ਪੁਰਾਣਿਆਂ ਮਹਾਂਪੁਰਸ਼ਾਂ ਦੀਆਂ ਕਈਆਂ ਟੇਪਾਂ ਮਿਲਦੀਆਂ ਨੇ ਕਈ 90 ਦੇ 88 ਦੇ ਦੀਵਾਨ ਸੁਣੋ ਜਿੰਨੇ ਵੀ ਉਹਨਾਂ ਵੇਲਿਆਂ 'ਚ ਸੰਗਤ 'ਤੇ ਜਦੋਂ ਕੈਮਰਾ ਵੱਜੇਗਾ ਸਭ ਸਿਰਾਂ 'ਤੇ ਦਸਤਾਰਾਂ ਵਾਲੇ ਹੋਣਗੇ ਦਸਤਾਰਾਂ ਸਿਰਾਂ 'ਤੇ ਹੋਣਗੀਆਂ ਪਰ ਜਦੋਂ ਤੋਂ ਆ ਟੀਵੀ ਦੀ ਬਿਮਾਰੀ ਇੰਡੀਆ 'ਚ ਪਈ ਹੈ ਇਹ ਤਕਰੀਬਨ ਟੈਲੀਵਿਜ਼ਨ ਆਏ 95 ਤੋਂ ਜ਼ਿਆਦਾ ਆਇਆ ਹੈ ਘਰ ਘਰ ਵਿੱਚ ਜਿਹੜਾ ਆਇਆ ਹੈ 2000 ਤੋਂ ਬਾਅਦ ਆਇਆ ਹੈ ਜਦੋਂ ਤੋਂ ਇਹ ਟੀਵੀ ਬਹੁਤਾ ਆਇਆ ਹੈ ਉਦੋਂ ਤੋਂ ਹੀ ਨੁਕਸਾਨ ਹੋਇਆ ਹੈ ਉਹ ਟੀਵੀ ਦੀ ਬਿਮਾਰੀ ਹੈ ਪਰ ਆਹ ਜਿਹੜਾ ਟੀਵੀ ਇੱਥੇ ਚੱਲ ਰਿਹਾ ਹੈ ਸੰਗਤ ਟੀਵੀ ਚੱਲ ਰਿਹਾ ਹੈ ਜਿਹਦੇ 'ਚ ਗੁਰਮਤ ਦਾ ਧਰਮ ਦਾ ਪ੍ਰਚਾਰ ਹੋ ਰਿਹਾ ਹੈ ਜੋ ਵੀ ਅਜੋਕੇ ਸਮੇਂ ਦੇ ਹਾਲਾਤ ਹਨ ਉਹਨਾਂ ਨੂੰ ਸਾਹਮਣੇ ਲਿਆਂਦਾ ਜਾਂਦਾ ਹੈ ਇੰਡੀਆ 'ਚ ਕੀ ਕੁਝ ਹੋ ਰਿਹਾ ਵਾਪਰ ਰਿਹਾ ਹੈ ਜਾਂ ਕਿਹੜੀਆਂ ਜਥੇਬੰਦੀਆਂ ਕੀ ਕਰ ਰਹੀਆਂ ਨੇ ਇਹੋ ਜਿਹੇ ਟੀਵੀ ਜਿਹੜੇ ਨੇ ਇਹਦੀ ਬੜੀ ਲੋੜ ਹੈ ਮੈਂ ਪਿਛਲੇ ਸਮੇਂ ਦੌਰਾਨ 6 ਸਾਲ ਤਾਂ ਮੈਨੂੰ ਵੀ ਇੰਗਲੈਂਡ 'ਚ ਆਉਂਦੇ ਨੂੰ ਹੋ ਗਏ ਆ 2 ਸਾਲ ਬਾਅਦ ਕੋਸ਼ਿਸ਼ ਕਰੀ ਦੀ ਇਹ ਗੇੜਾ ਲੱਗੇ ਅਤੇ ਮੈਂ ਵੇਖਿਆ ਇੱਥੇ ਆ ਕੇ ਕਿ ਪਿਛਲੇ 3-4 ਸਾਲਾਂ ਤੋਂ ਜਦੋਂ ਤੋਂ ਆ ਪ੍ਰੋਗਰਾਮ ਟੈਲੀਵਿਜ਼ਨ ਚੱਲੇ ਨੇ ਉਦੋਂ ਤੋਂ ਹੀ ਇੱਕ ਤਾਂ ਤੁਹਾਡੇ ਇੰਗਲੈਂਡ 'ਚ ਸਭ ਨਾਲੋਂ ਵੱਡਾ ਅਸਰ ਹੋਇਆ ਕੈਂਪ ਲੱਗਦੇ ਨੇ ਜਿਹੜੇ ਬੱਚਿਆਂ ਦੇ ਜਦੋਂ ਤੋਂ ਆ ਜਥੇਬੰਦੀਆਂ ਨੇ ਕੈਂਪ ਲਾਉਣੇ ਸ਼ੁਰੂ ਕੀਤੇ ਨੇ ਉਹਦਾ ਇੰਗਲੈਂਡ ਵਿੱਚ ਬਹੁਤ ਵੱਡਾ ਪ੍ਰਭਾਵ ਪਿਆ ਬਹੁਤ ਬੱਚੇ ਜਿਹੜੇ ਨੇ ਸਿੱਖੀ ਸਰੂਪ ਵਿੱਚ ਆਏ ਨੇ ਅਤੇ ਦੂਸਰਾ ਟੈਲੀਵਿਜ਼ਨ ਦੇ ਮਾਧਿਅਮ ਨਾਲ ਜੋ ਬੱਚੇ ਜਿਹੜੇ ਨੇ ਗੁਰਬਾਣੀ ਨਾਲ ਕਥਾ ਕੀਰਤਨ ਨਾਲ ਜੁੜ ਰਹੇ ਆ ਬਾਕੀ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹੋ ਜਿਹੀਆਂ ਜਥੇਬੰਦੀਆਂ ਜਿਹੜੀਆਂ ਉੱਦਮ ਕਰਦੀਆਂ ਨੇ ਉਹਨਾਂ ਦਾ ਡਟ ਕੇ ਸਹਿਯੋਗ ਦੇਈਏ ਸਾਡਾ ਸੁਭਾਅ ਥੋੜ੍ਹਾ ਜਿਹਾ ਬਣ ਗਿਆ ਹੈ ਅਸੀਂ ਪਿੱਛੇ ਜੇ ਹੋਸਪਿਟਲ ਪਰਮੇਸ਼ਰ ਦੁਆਰ ਇੱਕ ਸ਼ੁਰੂ ਕੀਤਾ ਅਸੀਂ ਵੇਖਿਆ ਵੀ ਬਿਆਸ ਵਾਲਿਆਂ ਨੇ ਪ੍ਰੋਗਰਾਮ ਉੱਥੇ ਨਾ ਇੱਕ ਉਹਨਾਂ ਨੇ ਹੋਸਪਿਟਲ ਬਣਾਇਆ ਹੈ ਉਹਦੇ ਵਿੱਚ ਉਹ ਲੋਕਾਂ ਦਾ ਫ੍ਰੀ ਇਲਾਜ ਕਰਦੇ ਨੇ
ਤੇ ਜਦੋਂ ਫ੍ਰੀ ਇਲਾਜ ਕਰਦੇ ਨੇ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਦਾ ਇਲਾਜ ਟੋਟਲ ਫ੍ਰੀ ਹੁੰਦਾ ਹੈ ਜਿਹੜੇ ਬਿਆਸ ਜਾਣ ਵਾਲੇ ਲੋਕ ਨੇ ਤੇ ਭੋਲੇ ਭਾਲੇ ਗਰੀਬ ਜਨਤਾ ਜਿਹੜੀ ਉਸ ਪਾਸੇ ਖਿੱਚੀ ਜਾਂਦੀ ਤੁਸੀਂ ਭਾਵੇਂ ਸਰਸੇ ਵਾਲੇ ਭਾਵੇਂ ਬਿਆਸ ਭਾਵੇਂ ਤੁਸੀਂ ਆ ਪਨਿਆਰੇ ਵਾਲੇ ਜਿੰਨੇ ਵੀ ਇਹਨਾਂ ਲੋਕਾਂ ਕੋਲ ਗਏ ਆ ਤੁਸੀਂ ਵੇਖੋਗੇ ਬਹੁਤੇ ਗਰੀਬ ਗੁਰਬੇ ਲੋਕ ਗਏ ਆ ਉਹਦਾ ਕਾਰਨ ਕੀ ਹੈ ਕੋਈ ਨਾ ਕੋਈ ਸਹੂਲਤ ਦੇ ਦਿੰਦੇ ਆ ਕੁਛ ਨਾ ਕੁਛ ਸਹੂਲਤਾਂ ਦਿੰਦੇ ਆ ਜਿਹਦੇ ਕਰਕੇ ਬਸ ਮਾੜੀ ਜਿਹੀ ਸਹੂਲਤ ਮਿਲ ਗਈ ਤੇ ਉੱਧਰ ਨੂੰ ਤੁਰ ਪੈਂਦੇ ਆ ਅਸੀਂ ਸੋਚਿਆ ਵੀ ਚਲੋ ਆਪਾਂ ਇਹਦੇ ਵਾਸਤੇ ਨਹੀਂ ਖੁੱਲ੍ਹਾ ਜਾ ਇੱਕ ਸਾਰੇ ਭਾਵੇਂ ਕੋਈ ਆਵੇ ਵੀ ਇੱਕ ਹੋਸਪਿਟਲ ਬਣਾਈਏ ਜਿਹਦੇ 'ਚ ਫ੍ਰੀ ਇਲਾਜ ਹੋਵੇ ਚਲੋ ਉਹਦਾ ਮਾਰਚ 'ਚ ਉਦਘਾਟਨ ਕਰਨਾ ਮੈਂ ਪਿੱਛੇ ਜਾਏ ਕਿਸੇ ਸਟੇਜ 'ਤੇ ਮੈਂ ਇੰਗਲੈਂਡ ਮੇਰਾ ਸੁਭਾਅ ਹੀ ਹੈ ਵੀ ਅਪੀਲ ਨਹੀਂ ਕਰਨੀ ਕਦੇ ਕਹਿਣਾ ਨਹੀਂ ਵੀ ਮਾਇਆ ਦਿਓ ਜੀ ਉੱਥੇ ਲੋੜ ਹੈ ਅਤੇ ਉਹ ਇੱਕ ਜਗ੍ਹਾ ਅਸੀਂ ਕਿਹਾ ਮੈਂ ਕਿਹਾ ਵੀ ਇੱਦਾਂ ਆਪਾਂ ਤਾਂ ਕਦੇ ਬੇਨਤੀ ਕੀਤੀ ਨਹੀਂ ਵਿੱਚ ਇੱਕੋ ਆਖਣ ਲੱਗਾ ਤੁਹਾਨੂੰ ਬੇਨਤੀ ਕਰਨ ਦੀ ਲੋੜ ਹੀ ਨਹੀਂ ਜੇ ਹੋਵੇ ਤਾਂ ਕਰਨੀ ਪਵੇ ਉੱਦਾਂ ਹੀ ਮਾਇਆ ਬਹੁਤ ਲੋਕ ਦੇ ਦਿੰਦੇ ਆ ਅਤੇ ਇਹੀ ਹਾਲ ਮੈਂ ਇੱਥੇ ਸੰਗਤ ਟੀ ਵੀ ਦਾ ਵੇਖਿਆ ਜਿੰਨੀਆਂ ਅਪੀਲਾਂ ਘੱਟ ਕਰਦੇ ਆ ਲੋਕਾਂ ਨੂੰ ਇਹ ਲੱਗਦਾ ਵੀ ਇਹਨਾਂ ਕੋਲ ਪਤਾ ਨਹੀਂ ਕੀ ਕੁਛ ਹੈ ਇਹਨਾਂ ਕੋਲ ਪਤਾ ਨਹੀਂ ਕਿੰਨੀ ਕਮਾਇਆ ਵੀ ਇਹ ਜਿਹੜੀ ਬਹੁਤੀ ਅਪੀਲ ਨਹੀਂ ਕਰਦੇ ਜੇ ਬਹੁਤੀ ਅਪੀਲ ਕਰੀ ਜਾਓ ਮੰਗੀ ਜਾਓ ਮੰਗੀ ਜਾਓ ਕਹਿਣਗੇ ਆਹ ਠੀਕ ਹੈ ਇਹਨਾਂ ਨੂੰ ਲੋੜ ਹੋਣੀ ਹੈ ਤਾਂ ਮੰਗਦੇ ਆ ਜਿਹੜੇ ਚੁੱਪ ਕਰਕੇ ਬਹਿ ਜਾਣ ਜਿਹੜੇ ਸ਼ਰਮ ਮੰਨਣ ਮੰਗਤੇ ਨਹੀਂ ਤਾਂ ਬਾਰ ਬਾਰ ਬਣਿਆ ਜਾਂਦਾ ਬੰਦੇ ਦੀ ਅਣਖ ਵੀ ਹੁੰਦੀ ਹੈ ਸੁਭਾਅ ਹੁੰਦਾ ਹੈ ਆਪਣਾ ਆਪਣਾ ਕਈਆਂ ਦੇ ਖੂਨ 'ਚ ਹੀ ਮੰਗਣ ਮੰਗਣ ਕਰੀ ਜਾਣਾ ਬਸ ਅਤੇ ਜਿਹੜੇ ਇੱਦਾਂ ਦੇ ਗੁਰਮੁਖ ਜਿਹੜੇ ਕਹਿੰਦੇ ਆ ਵੀ ਨਹੀਂ ਅਸੀਂ ਕੁਛ ਮੰਗਣਾ ਨਹੀਂ ਉਹਨਾਂ ਨੂੰ ਕਹਿਣਗੇ ਇਹਨਾਂ ਕੋਲ ਬੜਾ ਕੁਝ ਹੋਏਗਾ ਜੀ ਤਾਂ ਮੰਗਣਾ ਕਾਹਦੇ ਲਈ ਹੈ ਪਤਾ ਨਹੀਂ ਕਿੱਡੇ ਕੁ ਬੰਦੇ ਇਹਨਾਂ ਦੇ ਪਿੱਛੇ ਸਪੋਰਟਰ ਹੋਣਗੇ ਇਹਨਾਂ ਕੋਲ ਤਾਂ ਹੈ ਹੀ ਬੜਾ ਕੁਛ ਸੋ ਇਸ ਕਰਕੇ ਇੱਦਾਂ ਦੀ ਜਥੇਬੰਦੀ ਜਿਹੜੀ ਵੀ ਉੱਦਮ ਕਰਦੀ ਆ ਰਲ ਮਿਲ ਕੇ ਸਾਡਾ ਫਰਜ਼ ਬਣਦਾ ਜਿੰਨਾ ਚਿਰ ਗੁਰਮਤ ਦੇ ਦਾਇਰੇ 'ਚ ਰਹਿ ਕੇ ਸਾਰੇ ਕਾਰਜ ਕਰਦੇ ਨੇ ਇਹ ਵੀ ਮੈਂ ਚਲੋ ਪਰਸਨਲੀ ਵੀ ਇਹਨਾਂ ਨੂੰ ਵੇਖਿਆ ਮੂੰਹ 'ਤੇ ਵਡਿਆਈ ਨਹੀਂ ਇਹ ਜਿੰਨੇ ਸੱਜਣ ਗੁਰਮੁਖ ਅੱਗੇ ਲੱਗੇ ਆ ਸਾਰੇ ਪਹਿਲੀ ਗੱਲ 'ਤੇ ਅੰਮ੍ਰਿਤਧਾਰੀ ਆ ਗੁਰੂ ਗ੍ਰੰਥ ਸਾਹਿਬ ਜੀ ਨਾਲ ਜੁੜੇ ਹੋਏ ਆ ਇਹ ਗੱਲ ਬੜੀ ਵੱਡੀ ਹੈ ਕਿਉਂਕਿ ਜਿਹੜੇ ਵੀ ਸਿੰਘ ਅੱਗੇ ਲੱਗਣ ਉਹ ਅੰਮ੍ਰਿਤਧਾਰੀ ਹੋਣਗੇ ਗੁਰਮਤੀਏ ਹੋਣਗੇ ਗੁਰਮਤ 'ਤੇ ਪਹਿਰਾ ਦੇਣਗੇ ਅਤੇ ਗੁਰਮਤ ਦੇ ਸਿਧਾਂਤਾਂ ਨੂੰ ਜੇ ਆਪ ਆਪਣੀ ਜ਼ਿੰਦਗੀ 'ਚ ਉਹਨਾਂ ਨੇ ਲਾਗੂ ਕੀਤਾ ਅਤੇ ਉਹ ਹੋਰਾਂ ਨੂੰ ਵੀ ਦ੍ਰਿੜ ਕਰਾਉਣਗੇ ਸੋ ਇਸ ਕਰਕੇ ਇਹਦੀ ਬੜੀ ਲੋੜ ਹੈ ਗੁਰੂ ਸਾਹਿਬ ਸੱਚੇ ਪਾਤਸ਼ਾਹ ਮਿਹਰ ਕਰਨ ਰਲ ਮਿਲ ਕੇ ਵੇਖੋ ਸੱਚੇ ਪਾਤਸ਼ਾਹ ਜੀ ਨੇ ਸਾਡੇ ਲਈ ਕਿੱਡੀ ਵੱਡੀ ਕਿਰਪਾ ਕੀਤੀ ਜਿਵੇਂ ਮੇਰੇ ਤੋਂ ਪਹਿਲਾਂ ਜਾਗੋ ਵਾਲੇ ਸਿੰਘ ਮੈਂ ਟੇਪਾਂ 'ਤੇ ਸੁਣੀਆਂ ਮੈਂ ਦਰਸ਼ਨ ਇਹਨਾਂ ਦੇ ਅੱਜ ਬੋਲਦਿਆਂ ਦੇ ਪਹਿਲੀ ਵਾਰੀ ਕੀਤੇ ਆ ਸਟੇਜ 'ਤੇ ਸੱਚੀ ਗੱਲ ਹੈ ਜਾਗੋ ਜਥਾ ਸੱਚਮੁੱਚ ਹੀ ਜਗਾਉਣ ਵਾਲਾ ਹੈ ਕਿੰਨਾ ਆਨੰਦ ਆ ਰਿਹਾ ਸੀ ਜਦੋਂ ਬੋਲਦੇ ਸੀ ਸਾਡੀ ਇੱਕ ਵਿਸ਼ਰੀ ਪਰੰਪਰਾ ਢਾਡੀ ਪਰੰਪਰਾ ਜਿਹੜੀ ਬੜੀ ਘੱਟਦੀ ਜਾ ਰਹੀ ਹੈ ਪਰ ਅਸਲ ਵਿੱਚ ਜੋ ਗੱਲ ਇਹਨਾਂ ਨੇ ਆਪਣੇ ਤਰੀਕੇ ਨਾਲ ਕਵਿਸ਼ਰੀ ਰੂਪ ਵਿੱਚ ਕਹਿ ਦੇਣੀ ਹੈ ਨਾ ਉਹ ਕਿਸੇ ਤਰੀਕੇ ਨਾਲ ਨਹੀਂ ਕਹੀ ਜਾ ਸਕਦੀ ਅੱਜ ਇਹਦੀ ਬੜੀ ਲੋੜ ਹੈ ਅਤੇ ਉਹਨਾਂ ਸਿੰਘਾਂ ਨੇ ਤੁਹਾਡੇ ਅੱਗੇ ਪਹਿਲਾਂ ਅਰਜ਼ ਕੀਤੀ ਹੈ ਚਮਕੌਰ ਦੀ ਗੱਲ ਕਰਦਿਆਂ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦਾ ਜ਼ਿਕਰ ਵੀ ਇਹਨਾਂ ਨੇ ਵਿੱਚ ਕੀਤਾ ਹੈ ਸੰਗਤ ਜੀ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਸਾਡੇ 'ਤੇ ਕਿੱਡੀ ਵੱਡੀ ਮਹਾਨ ਕਿਰਪਾ ਕੀਤੀ ਮਹਾਨ ਅਮੋਲਕ ਅੰਮ੍ਰਿਤ ਦੀ ਦਾਤ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਬਖਸ਼ ਕੇ ਸਾਰੇ ਵਖਰੇਵੇਂ ਭੁਲਾ ਕੇ ਤੇਰ ਮੇਰ ਦੂਰ ਕਰ ਦਿੱਤੀ ਕੋਈ ਵੱਡਾ ਕੋਈ ਛੋਟਾ ਨਹੀਂ ਸਭ ਜਾਤਾਂ ਪਾਤਾਂ ਖਤਮ ਕਰਕੇ ਸਾਰਿਆਂ ਨੂੰ ਆਪਣੇ ਪੁੱਤਰ ਬਣਾਇਆ ਅਤੇ ਸਤਿਗੁਰਾਂ ਨੇ ਆਪਣੇ ਪੁੱਤਰਾਂ ਤੋਂ ਵੱਧ ਕੇ ਆਪਣੀ ਉਮਤ ਨਾਲ ਆਪਣੇ ਖਾਲਸੇ ਨਾਲ ਪਿਆਰ ਕੀਤਾ ਮੈਂ ਥੋੜ੍ਹਾ ਜਿਹਾ ਚਮਕੌਰ ਸਾਹਿਬ ਦੀ ਗੱਲ ਕਰਨਾ ਚਾਹੁੰਦਾ ਜਿਹਦੀ ਬਾਬਤ ਜੋਗੀ ਅੱਲਾ ਯਾਰ ਖਾਂ ਨੇ ਲਿਖਿਆ ਬਸ ਏਕ ਹੀ ਤੀਰਥ ਹੈ ਹਿੰਦ ਮੇ ਯਾਤਰਾ ਕੇ ਲੀਏ ਕਟਵਾਏ ਬਾਪ ਨੇ ਬੇਟੇ ਜਹਾਂ ਖੁਦਾ ਕੇ ਲੀਏ ਜੋਗੀ ਅੱਲਾ ਯਾਰ ਖਾਂ ਮੁਸਲਮਾਨ ਸੀ ਉਹਨੂੰ ਇਹ ਫਤਵਾ ਲਾ ਦਿੱਤਾ ਸੀ ਕਹਿੰਦੇ ਤੂੰ ਮਸੀਤ ਨਹੀਂ ਵੜ ਸਕਦਾ ਓਏ ਤੂੰ ਗੁਰੂ ਗੋਬਿੰਦ ਸਿੰਘ ਦੀ ਸੋਭਾ ਲਿਖਣਾ ਜਦੋਂ ਕਹਿੰਦੇ ਨੇ ਜੋਗੀ ਅੱਲਾ ਯਾਰ ਖਾਂ ਆਪ ਸਟੇਜ 'ਤੇ ਬੋਲਦਾ ਸੀ ਨਾ ਮਹਾਰਾਜਾ ਇੱਕ ਵਾਰੀ ਭੁਪਿੰਦਰ ਸਿੰਘ ਬੈਠਾ ਪਟਿਆਲੇ ਵਾਲਾ ਉਹ ਵੀ ਵਿੱਚ ਬੈਠਾ ਮਹਾਰਾਜਾ ਹੀਰਾ ਸਿੰਘ ਨਾਭੇ ਵਾਲਾ ਬੈਠਾ ਸੰਗਤ ਦੇ ਵਿੱਚ ਜਦੋਂ ਉਹਨੇ ਆਪ ਬੋਲ ਕੇ ਆਪਣੀ ਲਿਖੀ ਕਵਿਤਾ ਸੁਣਾਈ ਕਹਿੰਦੇ ਨੇ ਤਿੰਨ ਵਾਰੀ ਮਹਾਰਾਜੇ ਭੁਪਿੰਦਰ ਸਿੰਘ ਨੂੰ ਰੁਮਾਲ ਬਦਲਣਾ ਪਿਆ ਇੰਨਾ ਰੋਣ ਆਇਆ ਜਦੋਂ ਸਾਹਿਬਜ਼ਾਦਿਆਂ ਦੀ ਗੱਲ ਕੀਤੀ ਵੱਡੇ ਸਾਹਿਬਜ਼ਾਦਿਆਂ ਦੀ ਛੋਟਿਆਂ ਦੀ ਗੱਲ ਕੀਤੀ ਉਹਨੇ ਬੜਾ ਡਟ ਕੇ ਸਟੇਜ 'ਤੇ ਕਹਿਣਾ ਉਹ ਆਖਦਾ ਹੁੰਦਾ ਸੀ ਪੂਰਨਮਾਸ਼ੀ ਵਾਲੀ ਰਾਤ ਨੂੰ ਚੰਦਰਮਾ ਪੂਰੀ ਰਾਤ ਹੋਵੇ ਖਿੜੀ ਹੋਈ ਅਤੇ ਤਾਰੇ ਤਾਂ ਵੈਸੇ ਮੱਸੇ ਵਾਲੀ ਰਾਤ ਨੂੰ ਵੀ ਹੁੰਦੇ ਨੇ ਪੂਰਨਮਾਸ਼ੀ ਵਾਲੀ ਰਾਤ ਨੂੰ ਚਾਨਣਾ ਇਸ ਕਰਕੇ ਹੁੰਦਾ ਹੈ ਕਿਉਂਕਿ ਉਸ ਦਿਨ ਚੰਦਰਮਾ ਪੂਰਾ ਹੁੰਦਾ ਹੈ ਕਹਿੰਦੇ ਪੂਰਨਮਾਸ਼ੀ ਵਾਲੀ ਰਾਤ ਹੋਵੇ ਅਤੇ ਆਕਾਸ਼ ਵਿੱਚ ਤਾਰੇ ਚਮਕਦੇ ਨੇ ਚੰਦਰਮਾ ਹੈ ਜੇ ਪੂਰੀ ਟਿੱਕੀ ਰਾਤ ਨੂੰ ਪੂਰਨਮਾਸ਼ੀ ਵਾਲੀ ਰਾਤ ਨੂੰ ਆਕਾਸ਼ ਵਿੱਚੋਂ ਚੰਦਰਮਾ ਕੱਢ ਲਓ ਤੇ ਮਗਰ ਕੀ ਰਹਿ ਜਾਏਗਾ ਕਹਿੰਦੇ ਕੱਖ ਵੀ ਨਹੀਂ
तारे ते हन पर उन्हां दा चानण नहीं बहुता चानण है चंद्रमा दा पूरी पूर्णमाशी नूं चंद्रमा पूरा है ओ तां चानण है पूर्णमाशी वाली रात होवे विचों आकाश विचों चंद्रमा कढ लो मगर की रह जाएगा कहिंदे कख भी नहीं उत्थे जोगी अल्लाह यार खां ने कहना सारी दुनिया दे इतिहास विचों जे गुरु गोबिंद सिंह दा इतिहास विचों कढ लो ते मगर की रह जाएगा कहिंदे कख भी नहीं ਸਤਿ ਸ੍ਰੀ ਅਕਾਲ ਸ਼੍ਰੀ ਸਾਡਾ ਸਰਵਉੱਚ ਸੰਸਥਾ ਸ਼੍ਰੀ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਜੀ ਜਥੇਦਾਰ ਸਾਹਿਬ ਜੋ ਆਏ ਨੇ ਉਹਨਾਂ ਦੀ ਆਮਦ ਵਿੱਚ ਇੱਕ ਜੈਕਾਰਾ ਗੱਜ ਕੇ ਸਾਰੀ ਸੰਗਤ ਸਾਥ ਦਿਓ ਬੋਲੇ ਸੋ ਨਿਹਾਲ ਆਪਾਂ ਹਮੇਸ਼ਾ ਹੀ ਕਹਿੰਦੇ ਹਾਂ ਅਕਾਲ ਤਖ਼ਤ ਮਹਾਨ ਹੈ ਸਿੱਖ ਪੰਥ ਦੀ ਸ਼ਾਨ ਹੈ ਬੜੇ ਉੱਚੇ ਸੁੱਚੇ ਸਿਧਾਂਤ ਸਨ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਬਣਾਏ ਇੱਕ ਮੀਰੀ ਇੱਕ ਪੀਰੀ ਦੀਆਂ ਦੋ ਤਲਵਾਰਾਂ ਧਾਰਨ ਕੀਤੀਆਂ ਧੰਨ ਗੁਰੂ ਹਰਗੋਬਿੰਦ ਸੱਚੇ ਪਾਤਸ਼ਾਹ ਜੀ ਨੇ ਅਕਾਲ ਤਖ਼ਤ ਦੀ ਸਿਰਜਣਾ ਕੀਤੀ ਉਹਨਾਂ ਦਾ ਇੱਕ ਝੰਡਾ ਸੀ ਉਸ ਵੇਲੇ ਦੀਆਂ ਸਰਕਾਰਾਂ ਦਾ ਗੁਰੂ ਗੋਬਿੰਦ ਸਿੰਘ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦੋ ਨਿਸ਼ਾਨ ਸਾਹਿਬ ਲਾਏ ਵੱਖਰੇ ਵੱਖਰੇ ਤਖਤਾਂ ਦੇ ਨਾਮ ਮਾਰ ਕਹਿੰਦੇ ਇਹ ਅਕਾਲ ਦਾ ਤਖਤ ਹੈ ਜਿਹਦੇ 'ਤੇ ਕਦੇ ਕਾਲ ਨਹੀਂ ਆ ਸਕਦਾ ਇਹ ਤਖਤ ਕਦੇ ਖਤਮ ਨਹੀਂ ਹੋ ਸਕਦਾ ਤੁਸੀਂ ਇਸੇ ਕਰਕੇ ਵੇਖਿਆ ਵੀ ਹੈ ਕਿ ਹੁਣ ਤੱਕ ਜਿੰਨੇ ਅਕਾਲ ਤਖਤ ਸਾਹਿਬ ਵੱਲ ਚੜ੍ਹ ਕੇ ਆਏ ਨੇ ਉਹ ਆਪ ਖਤਮ ਹੋ ਗਏ ਅਕਾਲ ਤਖਤ ਸਾਹਿਬ ਉਸੇ ਤਰ੍ਹਾਂ ਦਾ ਉਸੇ ਤਰ੍ਹਾਂ ਹੀ ਹੈ ਸੋ ਸਤ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਮਹਾਨ ਕਿਰਪਾ ਕੀਤੀ ਅੰਮ੍ਰਿਤ ਦੀ ਦਾਤ ਆਪਣੀ ਉਮਤ ਨੂੰ ਬਖਸ਼ੀ ਮੈਂ ਅਰਜ਼ ਕਰ ਰਿਹਾ ਸਾਂ ਜੋਗੀ ਅੱਲਾ ਯਾਰ ਖਾਂ ਨੇ ਸਟੇਜ 'ਤੇ ਕਹਿਣਾ ਪੂਰਨਮਾਸ਼ੀ ਵਾਲੀ ਰਾਤ ਨੂੰ ਟਿੱਕੀ ਰਾਤ ਨੂੰ ਜੇ ਚੰਦਰਮਾ ਆਕਾਸ਼ ਵਿੱਚੋਂ ਕੱਢ ਲਓਗੇ ਮਗਰ ਕੀ ਰਹਿ ਜਾਏਗਾ ਕਹਿੰਦੇ ਕੱਖ ਵੀ ਨਹੀਂ ਬਿਲਕੁਲ ਇਸੇ ਤਰ੍ਹਾਂ ਬਿਲਕੁਲ ਇਸੇ ਤਰ੍ਹਾਂ ਗੁਰੂ ਗੋਬਿੰਦ ਸਿੰਘ ਦਾ ਐਸਾ ਵਿਲੱਖਣ ਇਤਿਹਾਸ ਹੈ ਜੋਗੀ ਅੱਲਾ ਯਾਰ ਖਾਂ ਦੇ ਨਾਲਦਿਆਂ ਨੇ ਆਖਿਆ ਸੀ ਮਸੀਤੇ ਨਹੀਂ ਤੂੰ ਵੜ ਸਕਦਾ ਕਹਿੰਦਾ ਨਹੀਂ ਆਵਾਂਗਾ ਉਹ ਆਇਆ ਹੀ ਨਹੀਂ ਮਸੀਤੇ ਮਸੀਤ ਵਿੱਚ ਵੜਿਆ ਹੀ ਨਹੀਂ ਜੋਗੀ ਅੱਲਾ ਯਾਰ ਖਾਂ ਮੁੜ ਕੇ ਜਦੋਂ ਉਹਦੇ ਮਰਨ ਦੇ ਦਿਨ ਸਨ ਸਮਾਂ ਚਲੋ ਨੇੜੇ ਆ ਗਿਆ ਆਖਰੀ ਵਕਤ ਆਇਆ ਵਕਤ ਅਖੀਰ ਆਇਆ ਤੇ ਉਸ ਵੇਲੇ ਕੁਛ ਬੰਦੇ ਆਏ ਕਹਿੰਦੇ ਜੋਗੀ ਅੱਲਾ ਯਾਰ ਖਾਂ ਨੂੰ ਕਹਿੰਦੇ ਨੇ ਆ ਜਾ ਓਏ ਤੂੰ ਏਦਾਂ ਹੀ ਜਾਏਗਾ ਮਸੀਤ ਵਿੱਚ ਆ ਜਾ ਉੱਥੇ ਆ ਕੇ ਬਖਸ਼ਬੰਦੀ ਕਰਵਾ ਲੈ ਜੋਗੀ ਅੱਲਾ ਯਾਰ ਖਾਂ ਕਹਿਣ ਲੱਗਾ ਨਮਾਜ਼ ਪੜ੍ਹਨੀ ਮੈਂ ਨਹੀਂ ਛੱਡੀ ਨਮਾਜ਼ ਤੇ ਮੈਂ ਆਪਣੇ ਘਰ 'ਚ ਵੀ ਪੜ੍ਹਦਾ ਸਾਂ ਫਿਰ ਰਾਜਾ ਕਹਿੰਦੇ ਮੈਂ ਆ ਕੇ ਉੱਥੇ ਮਾਫ਼ੀ ਨਹੀਂ ਮੰਗਣੀ ਮੰਗਣੀ ਕਿਉਂ ਨਹੀਂ ਕਹਿੰਦਾ ਮੈਂ ਜੋ ਗੁਰੂ ਗੋਬਿੰਦ ਸਿੰਘ ਬਾਰੇ ਲਿਖਿਆ ਜਾਂ ਆਖਿਆ ਮੈਂ ਕੁਝ ਗਲਤ ਨਹੀਂ ਆਖਿਆ ਮਾਫ਼ੀ ਤੇ ਤਾਂ ਮੰਗਾਂ ਜੇ ਕੁਝ ਝੂਠ ਬੋਲਿਆ ਹੋਵੇ ਠੀਕ ਹੈ ਮੈਂ ਮੁਸਲਮਾਨ ਹਾਂ ਪਰ ਸੱਚਾਈ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਵਰਗਾ ਕੋਈ ਪੈਗੰਬਰ ਦੁਨੀਆ ਵਿੱਚ ਨਹੀਂ ਆਇਆ ਜਿਨ੍ਹਾਂ ਦੀ ਏਡੀ ਵੱਡੀ ਕੁਰਬਾਨੀ ਤੇ ਮੈਂ ਅਰਜ਼ ਕਰ ਰਿਹਾ ਸਾਂ ਚਮਕੌਰ ਦੀ ਗੜੀ ਤੋਂ ਗੁਰੂ ਗੋਬਿੰਦ ਸਿੰਘ ਨਿਕਲਦੇ ਨੇ ਵੇਖੋ ਸਾਨੂੰ ਕਿੰਨਾ ਪਿਆਰ ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਕੀਤਾ ਆਪਣੇ ਪੁੱਤਰਾਂ ਤੋਂ ਵੱਧ ਕੇ ਕਹਿੰਦੇ ਨੇ ਬੱਦਲਾਂ 'ਚ ਬਿਜਲੀ ਚਮੱਕੇ ਸੀਗੀ ਮਾਰਦੀ ਹੋਈ ਰੁਸ਼ਨਾਈ ਜਾਂ ਸੁਨਹਿਰੀ ਜਿਹੀ ਤਾਰ ਦੀ ਦਇਆ ਸਿੰਘ ਵੱਲ ਨਿਗਾਹ ਪਈ ਜਾਂ ਦਾਤਾਰ ਦੀ ਉਹ ਗੋਦ ਵਿੱਚ ਲਾਸ਼ ਲੈ ਕੇ ਬੈਠਾ ਸੀ ਜੁਝਾਰ ਦੀ ਕਲਗੀਧਰ ਸੱਚੇ ਪਾਤਸ਼ਾਹ ਨੇ ਵੇਖਿਆ ਬੱਦਲਾਂ 'ਚ ਬਿਜਲੀ ਲਿਸ਼ਕੀ ਚਾਨਣ ਹੋਇਆ ਕੌਣ ਪਏ ਨੇ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਦਾ ਸਰੀਰ ਪਿਆ ਪਛਾਣ ਕੇ ਏਦਾਂ ਕੋਲੋਂ ਲੰਘ ਚੱਲੇ ਜਿਵੇਂ ਜਾਣਦੇ ਹੀ ਨਹੀਂ ਹੁੰਦੇ ਜਦੋਂ ਮਹਾਰਾਜ ਕੋਲੋਂ ਲੰਘਣ ਲੱਗੇ ਤੇ ਦਇਆ ਸਿੰਘ ਦੀ ਭੁੱਬ ਨਿਕਲੀ ਕਹਿੰਦਾ ਕੀ ਸੀ ਕਲਗੀਆਂ ਵਾਲੇ ਦਾ ਵਿਗੜ ਜਾਂਦਾ ਚਾਰ ਹੰਝੂ ਜੇ ਫੁੱਲ ਤੇ ਕੇਰ ਜਾਂਦਾ ਤੇਰੀ ਤਿਆਗ ਦੀ ਮਹਿੰਦੀ ਨਾ ਲੱਥਣੀ ਸੀ ਸੁੱਕਾ ਹੱਥ ਜੇ ਚੰਨ ਤੇ ਫੇਰ ਜਾਂਦਾ ਸੁੱਕਾ ਹੀ ਹੱਥ ਆਪਣੇ ਪੁੱਤਰ ਤੇ ਫੇਰ ਜਾਂਦੇ ਤੁਹਾਡੀ ਤਿਆਗ ਦੀ ਮਹਿੰਦੀ ਲੈ ਨਹੀਂ ਸੀ ਚੱਲੀ ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਆਖਣ ਲੱਗੇ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਮੈਂ ਕਰਾਂ ਕਿ ਮੈਨੂੰ ਮੰਨਣੀ ਪਈ ਪੰਥ ਦੀ ਮੇਰਾ ਵੀ ਦਿਲ ਕਰਦਾ ਸੀ ਮੈਂ ਇੱਥੇ ਸ਼ਹੀਦੀ ਪ੍ਰਾਪਤ ਕਰ ਜਾਂਦਾ ਮੇਰੀ ਰੂਹ ਇਸ ਮੌਤ ਨੂੰ ਲੋਚਦੀ ਰਹੀ ਪਰ ਮੈਂ ਹੁਕਮ ਵਜਾ ਕੇ ਆ ਗਿਆ ਹਾਂ ਲੋਕੀ ਕਹਿਣਗੇ ਕਹਿਣ ਲੱਖ ਵਾਰ ਮੈਨੂੰ ਕਿ ਮੈਂ ਪੁੱਤ ਮਰਵਾ ਕੇ ਆ ਗਿਆ ਹਾਂ ਇਹਨਾਂ ਮਿਹਣਿਆਂ ਤੋਂ ਸਮਝਾ ਮਾਣ ਮਿਲਦਾ ਕਿ ਮੈਂ ਸਰਬੰਸ ਲੁਟਾ ਕੇ ਆ ਗਿਆ ਹਾਂ ਇਹ ਵੀ ਕਹਿਣ ਲੋਕੀ ਤਾਂ ਵੀ ਝੱਲ ਲਾਂਗਾ ਕਿ ਮੈਂ ਜਾਨ ਬਚਾ ਕੇ ਆ ਗਿਆ ਹਾਂ ਉਹ ਮੈਨੂੰ ਰਤਾ ਪਰਵਾਹ ਨਹੀਂ ਭਾਵੇਂ ਜੱਗ ਸਾਰਾ ਮੈਨੂੰ ਲੱਖ ਵਾਰੀ ਰਣ ਦਾ ਚੋਰ ਸਮਝੇ ਪਰ ਮੈਂ ਇਹ ਨਾ ਸੁਣਾ ਕਿ ਗੋਬਿੰਦ ਸਿੰਘ ਨੇ ਸਿੰਘ ਹੋਰ ਸਮਝੇ ਤੇ ਪੁੱਤ ਹੋਰ ਸਮਝੇ ਇਹ ਨਾ ਆਖੇ ਕੋਈ ਵੀ ਸਿੰਘਾਂ ਤੇ ਪੁੱਤਰਾਂ 'ਚ ਫਰਕ ਰੱਖਿਆ ਕੱਪੜਾ ਪਾਵਾਂਗਾ ਸਭ ਤੇ ਪਾਵਾਂਗਾ
नहीं ते नहीं महाराज एक रख लेना सी निशानी रह जांदी कलगियां वाले कहंदे ने अमृत धारिया उठ निश्चिंत होके ओए राजी कदी नहीं सारा संसार रहिंदा लत दोही बेड़ी विच नहीं सा रख सकदा जां उरार हुंदा जां मैं पार रहिंदा इको चीज ही सजना रखनी सी जां असूल रहिंदा जां परिवार रहिंदा दोहां जोगी नहीं सी दिल विच था मेरे रहिंदी कौम जां पुत्तां दा प्यार रहिंदा जां कौम रखदा जां पुत्तां दा प्यार रखदा जां परिवार रखदा जां अपने असूल रखदा कलगीधर कहिंदे आ मैं अपने असूल रख लै मैं परिवार नहीं रखिया मैं कौम रख ली मैं अपने पुत्तां दा प्यार नहीं रखिया मेरे वास्ते कौम जरूरी है ते दया सिंह ने आख्या कलगियां वालिया जी करे इत्थे कुछ प्यार जतला दिया पग ला के सिर दी दो टोट के बना दिया नभाई दी अखीरी ओ रस्म नभा दिया अद्धा अद्धा दोहां दे शरीरां उत्ते पा दिया लखां ही गरीब मापे इस जग उत्ते आए ने कफनों बगैर दस की दे पुत गए ने लगा होया दाता दस पिछे केड़ी गल दे बच्चियां दी पीड़ ते पंखेरू भी नहीं चलदे बच्चियां दा दर्द त्यों भी नहीं चल दे ते गुरु गोबिंद सिंह महाराज सच्चे पातशाह कहन लगे अगो सन बोले दशमेश ललकार के वो लैना की आ सिंघा मेरे पुत्तां नूं प्यार के वेख लै मैदान विच जरा झाती मार के सिंह भी शहीद होए किन्ने जाना वार के औख सौख विच मेरे सिंह भाईवाल ने बिना तनखाहां तो रहे जो मेरे नाल ने वेख लै मैदान विच पए किहड़े हाल ने जिन्ना चिर इन्हां दा हिसाब नहीं मुकदा अजीत ते जुझार दी मैं लाश नहीं चुकदा महाराज सच्चे पातशाह आखन लगे दया सिंह मोह वाले तिनके त्रोड़ दे अजीत ते जुझार दा ख्याल इत्थे छोड़ दे ओए कौम दे शहीद नहीं हो कफणा नूं लोड़ दे तू इहदा ही दशाला इहदे मुख उत्ते मोड़ दे दया सिंह मोह दियां क्यों दई जाना थम्मियां सिखी दियां वाटां अजे होर भी ने लम्मियां तेनूं ते आ शहीद हुंदे दिसे आ थोड़े दिनां तक मेरे छोटियां दा सुनेहा भी आउण वाला है ये गुरु गोबिंद सिंह साहब सच्चे पातशाह ने सानू अपने पुत्रां तो वध के प्यार कीता मार केंदे की होया ए चार चले गए चार मुए तो क्या हुआ जीवत कई हजार ए हजारां ही पैदा हो जाणगे साडा फर्ज बणदा गुरमुखो अपने अपने तरीके नाल मैं रात भी डरबी दीवान विच बेनती कीती सी अपने अपने तरीके नाल साडा सारयां दा रिश्ता गुरु गोबिंद सिंह साहब सच्चे पातशाह नाल ओना ही है हर एक दा ओना ही रिश्ता है उहनां लई कोई वड्डा नहीं कोई छोटा नहीं कोई नहीं भी किसी ने पग गोल बनी है कोई बाबा बन गया कोई संत है कोई रागी है कोई ढाडी है हर एक नाल गुरु गोबिंद सिंह साहब का ओना ही नाता है ते साडा सारयां दा ही फर्ज बनता है जिथे धर्म प्रति जिथे परिवार प्रति फर्ज ने बच्चों प्रति फर्ज ने उथे साडे धर्म प्रति भी फर्ज ने अपने धर्म प्रति जिहड़ा फर्ज पछाणीए कई सिंघां दीआं सारियां उमरां लंघ गईआं ने मैं खास करके इंडिया नालों वध विदेशां विच वेखना जिहड़े साध संगत सारी सारी उमर जिन्हां नूं हो गई है घालणा घालदिआं नूं दिन रात एक करके लगे होए आ इंडिया भी नहीं जा सकते तरसदे ने ओह कि कदे अमृतसर साहब हरिमंदर साहब दे सानू दर्शन हो जाण जिहदे वास्ते इन्नियां कुरबानियां कीतियां ने इन्ना जज्बा दर्शन भी नहीं वेखो फिर भी अंदर प्यार है श्रद्धा है सत्कार है ये गुरु गोबिंद सिंह साहब सच्चे पातशाह की कृपा है मैं अर्ज करना ये अमृत की दात है उपर बाटे दे लड़दियां वेख चिड़ियां किसे पुछिया दसो ये खेड की है बाटे ते चिड़ियां लड़दियां ने ਉਹ ਚੁੰਝ ਪਾਣੀ ਦੀ ਪਹੁੰਚੇ ਨਾ ਸੰਗ ਤੀਕਣ ਮਾਰਨ ਬਾਜ ਨੂੰ ਇਹਦੇ ਵਿੱਚ ਭੇਦ ਕੀ ਏ ਅਖੇ ਪਾਣੀ ਦੀ ਚੁੰਝ ਭਰਦੀਆਂ ਨੇ ਬਾਜ ਨਾਲ ਲੜਨ ਲੱਗ ਪੈਂਦੀਆਂ ਨੇ ਕਾਰਨ ਕੀ ਹੈ ਇਹ ਚਿੜੀਆਂ ਬਾਜਾਂ ਦਾ ਮੁਕਾਬਲਾ ਕਿਵੇਂ ਕਰਦੀਆਂ ਨੇ ਤੇ ਅੱਗੋਂ ਜੇ ਜਿਹੜੇ ਸੁਣਿਆ ਉਹਨੇ ਆਖਿਆ ਮੁੜ ਕੇ ਭੈੜਿਆ ਪਾਣੀ ਨਾ ਕਹੀਂ ਇਸ ਨੂੰ ਪੱਥਰ ਕਿਸੇ ਦੇ ਹੀਰੇ ਨੂੰ ਆਖੀਏ ਨਾ ਇੱਕੋ ਸਮਝੀਏ ਨਾ ਸ਼ੇਰਾਂ ਬਿੱਲੀਆਂ ਨੂੰ ਚੰਗੀ ਤਰ੍ਹਾਂ ਜੇ ਵੇਖੀਏ ਪਰਖੀਏ ਨਾ ਬੇਸ਼ੱਕ ਸੱਤ ਸਮੁੰਦਰ ਹੰਘਾਲੇ ਨੇ ਤੂੰ ਤੈਨੂੰ ਪਤਾ ਹੈ ਸਮੁੰਦਰ ਵਿੱਚ ਖਾਰ ਕੀ ਏ ਐ ਪਰ ਭੋਲਿਆ ਤੇਰੇ ਜੇ ਆਦਮੀ ਨੂੰ ਇਸ ਆਬੇ ਹਿਆਤ ਦੀ ਸਾਰ ਕੀ ਏ ਕਤਰਾ ਇਸ ਦਾ ਪਿਆ ਜੇ ਕਲਰਾਂ ਤੇ ਉੱਥੇ ਖੇਡਾਂ ਬਸੰਤ ਰਚਾਈਆਂ ਨੇ ਛੋ ਗਿਆ ਜੇ ਡੁੱਬਦਿਆਂ ਪੱਥਰਾਂ ਨੂੰ ਉਹਨਾਂ ਉੱਠ ਕੇ ਤਾਰੀਆਂ ਲਾਈਆਂ ਨੇ ਇਹਨੂੰ ਸੁੰਘਿਆ ਆਣ ਜੇ ਗਿੱਦੜਾਂ ਨੇ ਪੈਰ ਸ਼ੇਰਾਂ ਦੇ ਉਹਨਾਂ ਥੜਕਾ ਦਿੱਤੇ ਧੋਤੀ ਵਾਲਿਆਂ ਬਾਣੀਆਂ ਚੱਖਿਆ ਤਾਂ ਖੰਡੇ ਫੜ ਕੇ ਉਹਨਾਂ ਖੜਕਾ ਦਿੱਤੇ ਇਹਦੇ ਘੁੱਟ ਵਿੱਚ ਪਤਾ ਨਹੀਂ ਰਾਜ ਕੀ ਏ ਜਿਹੜਾ ਪੀ ਲੈਂਦਾ ਮੌਤ ਮੰਗਦਾ ਏ ਇੱਕ ਸੀਸ ਦੀ ਕਿਧਰੇ ਲੋੜ ਪੈ ਜੇ ਸਾਰਾ ਖਾਲਸਾ ਉਧਰੇ ਭੱਜਦਾ ਏ ਇਹ ਅੰਮ੍ਰਿਤ ਦੀ ਸ਼ਕਤੀ ਹੈ ਤੇ ਮੈਂ ਅਰਜ਼ ਕਰਾਂਗਾ ਇੱਥੇ ਡੇਢ ਮਹੀਨੇ ਦਾ ਤਕਰੀਬਨ ਟੂਰ ਸੀ ਜਿਹਦੇ ਵਿੱਚ ਅੱਠ ਵਾਰੀ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ ਸੀ
सत वारी हो गया सतगुरु की कृपा नाल। ते इसे गुरद्वारा साहब विच परसों दा ते चौथ दा मंगलवार ते बुधवार 13 ते 14 सितंबर दे दो दीवान इसे गुरुद्वारे विच लगने ने। अज ते आपां संगत टीवी दे सद्दे ते आए हां ते टाइम भी थोड़ा है, सो क्योंकि बड़े बुलारे ने, सब ने बोलना है, इस करके दो दीवान लास्ट रहिंदे ने। उहदे विच आखरी अठवां अमृत संचार होना है। मैं अर्ज करांगा 4 बजे अमृत दा बाटा तैयार हो रहा है। सात संगत जी वध तों वध गुरु वाले बनो ते सिंह सजो। बाकी मैं ये बेनती सारे ही नुमाइंदे इत्थे आए हुए है, लाइव टैलीकास्ट भी हो रहा है, घरां विच बह के भी संगत सुनदी है, ये बेनती मैं कल डरबी भी की सी हुण भी कर देना। मैं हरेक स्टेज की तकरीबन करना भी जिहड़ियां भी जथेबंदियां अपने अपने तरीके नाल चढ़दी कला वास्ते लगियां होईयां ने उहनां दा डट के साथ दिओ। मैं कल भी अर्ज की सी कई कई गल्लां हुंदियां ने जिहड़ियां ओपन दसियां जा सकदियां ने भी असीं आह करने आ, पर कई जथेबंदियां गुप्त गल्लां ऐसियां हुंदियां ने जिहड़ियां मीडिए च नहीं दसियां जा सकदियां, जिहड़ियां ओपन नहीं कीतियां जा सकदियां, पर सेवावां सारे डट के करदे आ। बहुत संघर्ष कीता हुण तक सिंघां ने, सारी संगत नूं बेनती है डट के सारियां जथेबंदियां दा चढ़दी कला नाल साथ देना है। ते साथ संगत नाल संगत टीवी नूं मैं वधाई भी देना, एक साल इन्हां ने बड़ा चढ़दी कला नाल लंघा लिया है ते हुण सतगुरु ने कृपा करनी है जिहड़े हिसाब नाल तुसीं इन्हां दा साथ दे रहे हो। ते मैं ये भी बेनती करांगा कि अपने अपने तरीके नाल जिवें कुछ गुरुद्वारियां वल्लों महीने दे महीने सेवा भी शुरू होई है, बाकी संगत अपने वल्लों सारे योगदान पाया करो। इहदा मतलब ये नहीं भी जे अपील नहीं करदे ते बड़ा कुछ है, ये साध संगत सतगुरु की बख्शिश नाल तुहाडे सहयोग नाल ये सारे कार्ज होने ने। सारी संगत नूं ये मेरी बेनती है, सारे आए हुए गुरमुखां महापुरखां दा जथेबंदियां वालियां सिंघां दा ते जथेदार साहब दा जो श्री अकाल तख्त साहब के जथेदार जी आए ने, वेखो मैं सच्ची कहना मार दे चरणा च मेरा दिल नहीं करता अगे जाण नूं, पर वैस्ट ब्रह्म 2 बजे तकरीबन दीवान शुरू होना सी, 2 तों 4 दा टाइम है उत्थे, ते रात दा दीवान नानक सर ठाठ विखे है अज रात दा दीवान। ते मैं संगत नूं पहली बेनती ते मैं संगत दे चरणा च करांगा, तुसी जिहड़े उठना नहीं प्यार नाल अजे वेखो किन्ने बुलारियां ने बोलना है, मैं सारी संगत नूं बेनती करांगा जिन्हां ने उस वैस्ट ब्रह्म गुरुद्वारे भी जाना सी वह भी इत्थे ही बैठो, दीवान रात दा तुसी सुन लैणा, रात दा प्रोग्राम होना इत्थे दा सारा, जदों समाप्ति हो जाएगी उत्थे रात दे दीवान ते हाजरी भर लिओ। हुण उठ के उधरले पासे ना भी उधर नूं चलीए, हुण इत्थे जिहड़ा प्रोग्राम है ना ये सुनन वाला है, मैं खुद इत्थे बैठ के पूरा आनंद माणदा, पर मजबूरी अगे जाना पएगा क्योंकि इत्थे उन्हां सिंघां ने बोलना जिन्हां ने संताप हंडाया है, जिहड़े घालना घालन वाले गुरमुख ने सारियां दा सत्कार होना जथेबंदियां दा। ते सत संगत इस करके मैं अर्ज करांगा कि आप जी ने हिलना नहीं, विच विच हिलजुल हो रही है, प्यार नाल सारे सतगुरु के चरणों में सजे रहो। महान कृपा गुरु गोबिंद सिंह साहब सच्चे पातशाह ने की, पता नहीं की बाटे च कोल के भला गया, पता नहीं की बाटे च कोल के भला गया, पता नहीं की बाटे च कोल के भला गया, पता नहीं की बाटे च कोल के भला गया, मोई होई हिंद च दोबारा जान पा गया, कोई होई हिंद च दोबारा जान पा गया, कोई होई हिंद च दोबारा जान पा गया, कोई होई हिंद च दोबारा जान पा गया, ओ कोई होई हिंद च दोबारा जान पा गया, कोई होई हिंद च दोबारा जान पा गया, दोबारा जान मारिया, मोई होई हिंद च दोबारा जान मारिया, पता नहीं की बाटे च कोल के भला गया, पता नहीं की बाटे च कोल के भला गया, पता नहीं की बाटे बाटे।
जो कि फेडरेशन वालों सिख फेडरेशन यूके वालों कॉन्फ्रेंस कन्वेंशन इत्थे करवाई जाती है इसे गुरुद्वारा साहब हर साल। मैं ते वापस 15 नूं जाना है भाई साहब अमरीक सिंह होनी कहिंदे ते सन भी रुको भाई हरजीत सिंह होनी मैनूं परसों मिले सन कहिंदे सी रुक जाओ पर मैं उत्थे 17 दी संगरांद जरूरी जाना पएगा। 18 सितंबर दी जो कि फेडरेशन वालों कॉन्फ्रेंस की जा रही है इसे गुरुद्वारा साहब विच है। सारी संगत नूं मैं बेनती करांगा कि सारियां ने उहदे विच शमूलियत करनी है। अगे भी बेअंत संगत आउंदियां ने ते इस वारी भी संगत वध चढ़ के उहदे विच हाजरी भरो ते बुलारियां दे वडमुल्ले विचार सुन के साध संगत कौम प्रति पंथ प्रति साडे अंदर जज्बा पैदा होवे श्रद्धा भावना नाल सतगुरु दे दर घर दी सेवा करदे रहीए। आ जिन्नी माया तुहाडी पहलां भी सिंघां ने सारी माया इह संगत टीवी वास्ते ही है जिन्नी कीर्तन भेटा तुसीं जो भी है सारा संगत टीवी वास्ते। बाकी बेनती है सारे रल मिल के सहयोग जरूर देना है ये मेरी सब नूं बेनती है। आओ आने वाला समा बड़ा सुहावना है आप जी ने प्यार नाल सरवण करना है लाहे प्राप्त करने ने होइयां तमाम भुलां दी खिमा। सारी संगत किसे पास्यों रौले दी आवाज ना आवे जिवें टका नाल बैठे हो इसे तरह प्यार श्रद्धा भावना नाल सतगुरु दे चरणा विच सजे रहना है। 14 नूं अमृत दा बाटा तैयार होना है उहदे लई जरूर तैयारी करो अमृत छक के धन गुरु ग्रंथ साहिब सच्चे पातशाह दे लड़ लगीए बाणी बाणे विच परपक्ता बाणी बाणे विच परपक होइए सतगुरु सच्चे पातशाह साडे सब दे सिर ते मेहर भरिया हथ रखण सारे सिंघां नूं संगत टीवी चैनल वालियां नूं चढ़दी कला बख्शण। वाहिगुरु जी का खालसा वाहिगुरु।